ਮੈਂ ਸੁਣ ਲੂ ਮੈਨੂੰ।
ਅਗੰਦਿਆ
ਸਾਤੇ
ਆਖਦੇ ਨੇ ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ। ਇਕਨਾਂ ਨੇ ਚੁੱਪ ਸਾਧ ਲਈ ਬਈ ਬੋਲਣਾ ਨਹੀਂ, ਕਿਉਂਕਿ ਬੋਲਦਿਆਂ ਸ਼ਕਤੀ ਘਟਦੀ ਹੈ, ਨਾ ਬੋਲਣਾ ਅੱਧੀ ਬੰਦਗੀ। ਇਸ ਵਾਸਤੇ ਮੋਨੀ ਹੋ ਗਏ। ਸਾਹਿਬ ਆਖਦੇ ਨੇ ਜੀਵ ਨੂੰ ਤਾਂ ਜਿੰਦਰਾ ਲਾ ਲਿਆ, ਮਨ ਤਾਂ ਅਜੇ ਵੀ ਪਿਆ ਪੌਂਕਦਾ। ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਬੈਠਾ। ਸਾਹਿਬ ਆਖਦੇ ਨੇ ਵਿਕਾਰ ਵਿਕਾਰ ਤਾਂ ਉੱਥੇ ਵੀ ਫੁਰਦੇ ਹੋਣੇ, ਇਹ ਤਾਂ ਬਿਨਾਂ ਸੰਗਤ ਤੋਂ ਸ਼ਾਂਤ ਆਉਣੀ ਨਹੀਂ। ਖੋਜਤ ਖੋਜਤ ਭਈ ਵੈਰਾਗਨ, ਪ੍ਰਭ ਦਰਸ਼ਨ ਕੋ ਹੋਂ ਫਿਰੋ ਤਿਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗਤ ਮੇਰੀ ਜਲਨ ਬੁਝਾਈ। ਕਿਉਂਕਿ ਦਰਬ ਸਿਆਣਪ ਨਾ ਹੋਏ ਰਹਤੇ, ਇਹ ਵਿਕਾਰ ਕਿਸੇ ਸਿਆਣਪ ਨਾਲ
ਕਿਸੇ ਚਤਰਾਈ ਨਾਲ ਕੋਈ ਆਖੇ ਮੈਂ ਰੋਕ ਲਵਾਂ ਤਾਂ ਨਹੀਂ ਰੁਕਣਗੇ, ਕਿਉਂਕਿ ਬੜੇ ਦੁਸ਼ਟ ਹਨ, ਇੰਜ ਵਸ ਨਹੀਂ ਆਉਂਦੇ। ਮਾਤਾ ਪਿਤਾ ਇਹਨਾਂ ਤੋਂ ਰੱਖਿਆ ਨਹੀਂ ਕਰ ਸਕਦੇ, ਮਿੱਤਰ ਭਰਾ ਇਹਨਾਂ ਤੋਂ ਬਚਾ ਨਹੀਂ ਸਕਦੇ। ਆਖੀਐ ਉਨਤੇ ਰਾਖੇ ਬਾਪ ਨਾ ਮਾਈ, ਉਨਤੇ ਰਾਖੇ ਮੀਤ ਨਾ ਭਾਈ, ਦਰਬ ਸਿਆਣਪ ਨਾ ਓਏ ਰਹਿਤੇ, ਸਾਧ ਸੰਗਤ ਇਹ ਦੁਸ਼ਟ ਵਸ। ਸਤਸੰਗ ਵਿੱਚ ਆ ਕੇ ਇਹ ਦੁਸ਼ਟ ਵਸ ਆਉਂਦੇ ਹਨ। ਸੰਗਤ ਵਿੱਚ ਆਣ ਕੇ ਜਿਸ ਵੇਲੇ ਬੈਠੀ ਦਾ ਚੇਤਾ ਹੀ ਨਹੀਂ ਰਹਿੰਦਾ ਕਿਸੇ ਹੋਰ ਗੱਲ ਦਾ, ਤਾਂ ਹੀ ਸਾਹਿਬ ਆਖਦੇ ਨੇ ਸੰਗਤ ਕੋ ਗੁਣ ਬਹੁਤ ਅਧਿਕਾਈ। ਸੰਗਤ ਦਾ ਵੱਡਾ ਗੁਣ ਹੈ, ਸੰਗਤ ਜਿਹੜਾ ਫਲ ਕੋਈ ਹੋਰ ਹੈ ਹੀ ਨਹੀਂ। ਪਰ ਜਿਨ੍ਹਾਂ ਨੇ ਸੰਗਤ ਨੂੰ ਵੀ ਕੰਢ ਕੀਤੀ, ਇਕਾਂਤ ਜਾ ਬੈਠੇ ਬਈ ਸਾਨੂੰ ਲੋੜ ਹੀ ਨਹੀਂ ਕਿਸੇ ਦੀ, ਇਕੱਲਿਆਂ ਬਹਿ ਕੇ ਨਾਮ ਜਪਾਂਗੇ, ਤਾਂ ਸਾਹਿਬ ਆਖਦੇ ਨੇ ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੋ ਵਿਕਾਰ ਨ ਛੋਡਈ ਪਾਪੀ ਮਨ ਮੰਦਾ। ਕਿਨਹੀ ਗ੍ਰਹਿ ਤਜ ਬਨ ਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ, ਔਰ ਕੋਈ ਕਹਿ ਤਹੁ ਅਨਨ ਭਗਵਤੀ। ਪਰ ਨਾਮਦੇਵ ਜੀ ਆਖਦੇ ਨੇ ਮੋਹੇ ਦੀਨ ਹਰ ਹਰ ਓਟ ਲੀਤੀ, ਮੈਂ ਨਾ ਨਗਨ ਫਿਰਦਾ ਹਾਂ, ਨਾ ਅਵਧੂਤ ਸਦਾਉਂਦਾ ਹਾਂ, ਨਾ ਮੈਂ ਮੋਨੀ ਹਾਂ, ਨਾ ਮੈਂ ਕਾਰੋਬਾਰ ਛੱਡ ਕੇ ਜੰਗਲਾਂ ਨੂੰ ਚਲਾ ਗਿਆ ਹਾਂ, ਮੈਂ ਤਾਂ ਗ੍ਰਸਤ ਵਿੱਚ ਰਹਿੰਦਾ ਸੰਸਾਰ ਦੇ ਵਿੱਚ ਵਿਚਰਦਾ, ਏ ਵਾਹਿਗੁਰੂ ਤੇਰੀ ਓਟ ਰੱਖੀ ਬੈਠਾ, ਮੈਨੂੰ ਦੂਜੀ ਥਾਂ ਹੀ ਕੋਈ ਨਹੀਂ। ਤੇਰਾ ਭਰੋਸਾ ਪਿਆਰੇ, ਇਹ ਭਰੋਸਾ ਸਾਨੂੰ ਵੀ ਪੱਕਾ ਹੋ ਜਾਏ। ਤੇਰਾ